ਮੌਸਮ ਦੀ ਹਾਲ ਬਿਆਨੀ ਥੋੜੀ ਦੱਸ ਦਿਓ ਕਿ ਕਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਇੱਕ ਦੋ ਦਿਨਾਂ ਦਾ ਵੇਰਵਾ ਦੇ ਦਿਓ। ਮੌਸਮ ਸੰਪ੍ਰੀਤ ਜੀ ਤੁਹਾਨੂੰ ਪਤਾ ਹੈ ਕਿ ਸਰਦੀ ਸ਼ੁਰੂ ਹੋ ਚੁੱਕੀ ਹੈ, ਠੀਕ ਹੈ, ਕੋਟੀਆਂ ਜੈਕਟਾਂ ਆਪਾਂ ਵੀ ਪਾ ਹੀ ਲਈਆਂ ਨੇ, ਠੀਕ ਹੈ, ਚਲੋ ਆਪਾਂ ਹਲੇ ਅੱਧੀ ਬਾਂਧੀਆਂ ਪਈਆਂ, ਆਉਣ ਵਾਲੇ ਸਮੇਂ 'ਚ ਠੰਡ ਦੇ ਵਧਣ ਦੇ ਚਾਂਸ ਹੈ ਔਰ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਆਪਣੇ ਆਪ ਨੂੰ ਔਰ ਬਜ਼ੁਰਗ ਸਾਰਿਆਂ ਨੂੰ ਆਪਣੇ ਆਪ ਨੂੰ ਢੱਕ ਸੰਵਾਰ ਕੇ। ਮੌਸਮ ਥੋੜ੍ਹਾ ਜਿਹਾ ਚੱਲ ਰਿਹਾ ਢਿੱਲਾ ਮੱਠਾ ਜਿਹਾ, ਹਾਂ, ਕੱਚੀ ਭੁੰਨੀ ਜੀ ਜਿਹਨੂੰ ਕਹਿੰਦੇ, ਕੱਚੀ, ਹਾਂ, ਬਸ ਬਸ। ਅੰਮ੍ਰਿਤਪਾਲ ਸਿੰਘ ਇੱਕ ਅਜਿਹਾ ਨਾਮ ਜੋ ਸੁਰਖੀਆਂ ਦੇ ਵਿੱਚ ਨੇ, ਅੱਜ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਆਖਿਰ ਕੌਣ ਹੈ ਅੰਮ੍ਰਿਤਪਾਲ ਸਿੰਘ ਅਤੇ ਅੱਜ ਕਿਵੇਂ ਪ੍ਰਚਾਰ ਕਰ ਰਹੇ, ਉਸ ਬਾਰੇ ਪੂਰੇ ਵਿਸ਼ੇ ਦੇ ਉੱਤੇ ਗੱਲਬਾਤ ਕਰ ਲਈ। ਲਗਾਤਾਰ ਮੇਰੇ ਨਾਲ ਸਹਿਯੋਗੀ ਸੱਜਣ ਵਿਵੇਕ ਬਖਸ਼ੀ ਜੀ ਸਾਡੇ ਨਾਲ ਮੌਜੂਦ ਨੇ। ਨਮਸਕਾਰ ਜੀ। ਜੀ ਹਾਂ ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਤੁਹਾਡੇ ਨਾਲ ਫਿਰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਧੰਨਵਾਦ। ਕੀ ਕਹਿਣਾ ਚਾਹੁੰਦੇ ਹੋ? ਲਗਾਤਾਰ ਅੰਮ੍ਰਿਤਪਾਲ ਸਿੰਘ ਇੱਕ ਅਜਿਹਾ ਨਾਮ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੁਰਖੀਆਂ ਦੇ ਵਿੱਚ ਨੇ, ਜੋ ਕਿਵੇਂ ਦੇਖਦੇ ਹੋ ਉਹਨਾਂ ਨੂੰ? ਦੇਖੋ, ਅੰਮ੍ਰਿਤਪਾਲ ਜੀ ਜੀ ਅੱਜ ਕੱਲ੍ਹ ਕਾਫੀ ਸੁਰਖੀਆਂ ਵਿੱਚ ਹੈ। ਬਿਲਕੁਲ। 35-40 ਸਾਲ ਦੀ ਏਜ ਦਾ ਇੱਕ ਨੌਜਵਾਨ ਜੀ, ਜਿਹਦਾ ਪਿਛੋਕੜ ਸੋਸ਼ਲ ਮੀਡੀਆ 'ਤੇ ਪਤਾ ਚੱਲਦਾ ਕਿ ਇਹ ਦੁਬਈ ਤੋਂ ਇੱਕ ਸਿੱਧੂ ਟਰਾਂਸਪੋਰਟ ਜੀ ਉੱਥੇ ਪੇਸ਼ੇ ਤੋਂ ਡਰਾਈਵਰ, ਥੋੜ੍ਹੇ ਹੀ ਸਮੇਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਦਾ ਦਾਅਵਾ ਕੀਤਾ ਕਿ ਮੈਂ ਦੀਪ ਸਿੱਧੂ ਦੇ ਨਾਲ ਸੀ। ਲੇਕਿਨ ਵਿਰੋਧੀ ਧਿਰਾਂ ਇਹ ਵੀ ਕਹਿ ਰਹੀਆਂ ਨੇ ਕਿ ਦੀਪ ਸਿੱਧੂ ਨੇ ਇਹਨੂੰ ਆਪਣੀ ਆਈਡੀ ਤੋਂ ਬਲੌਕ ਕੀਤਾ। ਤੇ ਇਹ ਉਸ ਜਥੇਬੰਦੀ ਦੇ ਆਗੂ ਵਜੋਂ ਉੱਭਰ ਕੇ ਆਉਂਦੇ ਅੰਮ੍ਰਿਤਪਾਲ ਸਿੰਘ ਹੋਣਾ ਨੇ ਇਹ ਕਿਹਾ ਕਿ ਜਿਹੜੇ ਨਸ਼ੇ ਕਰਦੇ ਨੇ ਉਹ ਵਾਪਸ ਪਰਤਾਣ, ਉਹ ਅੰਮ੍ਰਿਤ ਛਕਣ। ਦੇਖੋ, ਨਸ਼ਾ ਆ ਕਿੱਥੋਂ ਰਿਹਾ, ਆ ਕਿਹਦੇ ਸਹਿਯੋਗ ਨਾਲ ਰਿਹਾ, ਉਹਦੇ ਤੱਕ ਆਪਾਂ ਨਹੀਂ ਪਹੁੰਚ ਕੀਤੀ। ਬਿਲਕੁਲ। ਜੋ ਕੰਮ ਪੰਜਾਬ ਦੇ ਵਿੱਚ ਪੰਜਾਬ ਪੁਲਿਸ, ਕਿਸੇ ਵੀ ਆਪਾਂ ਫੀਲਡ ਦੇ ਵਿੱਚ ਦੇਖ ਲਈਏ, ਨਸ਼ਾ ਕਿਸੇ ਤੋਂ 2 ਗ੍ਰਾਮ, ਕਿਸੇ ਤੋਂ 6 ਗ੍ਰਾਮ, ਕਿਸੇ ਤੋਂ 20 ਗ੍ਰਾਮ ਫੜਿਆ ਗਿਆ, ਉਹਦੇ 'ਤੇ ਪਰਚਾ ਦਰਜ ਕਰ ਦਿੱਤਾ। ਲੇਕਿਨ ਨਸ਼ਾ ਆਇਆ ਕਿੱਥੋਂ? ਬਾਰਡਰ ਪਾਰ ਤੋਂ ਆਇਆ, ਪਾਕਿਸਤਾਨ ਤੋਂ ਖੇਪ ਆਈ, ਕਿਸੇ ਹੋਰ ਕੰਟਰੀ ਤੋਂ ਖੇਪ ਆਈ, ਉਹਦੇ ਵੱਲ ਕਦੀ ਕਿਸੇ ਪੁਲਿਸ ਨੇ ਧਿਆਨ ਨਹੀਂ ਦਿੱਤਾ ਔਰ ਉਹੀ ਕੰਮ ਅੰਮ੍ਰਿਤਪਾਲ ਨੇ ਕੀਤਾ। ਅੰਮ੍ਰਿਤਪਾਲ ਵੀ ਉਸ ਉੱਧਰ ਧਿਆਨ ਨਹੀਂ ਦੇ ਰਿਹਾ ਕਿ ਨਸ਼ਾ ਆ ਕਿੱਥੋਂ ਰਿਹਾ, ਕਿਹਦੇ ਸਹਿਯੋਗ ਨਾਲ ਆ ਰਿਹਾ, ਕੌਣ ਵਕਾ ਰਿਹਾ। ਤੁਸੀਂ ਕਿਵੇਂ ਦੇਖਦੇ ਹੋ ਕਿ ਅੰਮ੍ਰਿਤਪਾਲ ਸਿੰਘ ਜੋ ਕੰਮ ਕਰ ਰਹੇ ਨੇ, ਵਿਧੀ ਨਿਭਾ ਰਹੇ ਨੇ, ਉਸ ਨੂੰ ਤੁਸੀਂ ਅਬਜ਼ਰਵ ਕਿਵੇਂ ਕਰ ਰਹੇ ਹੋ? ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਲਗਾਤਾਰ ਸਿਆਸੀ ਲੋਕਾਂ ਵੱਲੋਂ ਵੀ ਇਹ ਬਿਆਨਬਾਜ਼ੀ ਲਗਾਤਾਰ ਅੰਮ੍ਰਿਤਪਾਲ ਸਿੰਘ 'ਤੇ ਸਾਧੀ ਜਾ ਰਹੀ ਹੈ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ। ਜੇਕਰ ਸ਼ਿਵ ਸੈਨਾ ਦੇਖੀ ਜਾਵੇ ਉਹ ਵੀ ਇਹ ਕਹਿ ਰਹੇ ਨੇ, ਆਮ ਲੋਕ ਵੀ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਇਹ ਏਜੰਸੀਆਂ ਦਾ ਬੰਦਾ ਹੈ, ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਤੁਸੀਂ ਕਿਵੇਂ ਅਬਜ਼ਰਵ ਕਰ ਰਹੇ ਹੋ? ਦੇਖੋ, ਅੰਮ੍ਰਿਤਪਾਲ ਦਾ ਅੰਮ੍ਰਿਤਪਾਨ ਕਰਵਾਉਣਾ ਬਹੁਤ ਅੱਛੀ ਗੱਲ ਹੈ ਜੀ, ਲੇਕਿਨ ਜੀ ਇਹਦੇ ਨਾਲ ਨਾਲ ਵਿਰੋਧੀ ਜਿਹੜੇ ਬੰਦੇ ਇਸ ਨਸ਼ਿਆਂ ਨੂੰ ਵੇਚ ਰਹੇ ਆ, ਲਿਆ ਰਹੇ ਆ, ਉੱਧਰ ਧਿਆਨ ਨਾ ਦੇਣਾ ਵੀ ਇੱਕ ਸਵਾਲੀਆ ਨਿਸ਼ਾਨ ਹੈ। ਇਹਦੇ ਨਾਲ ਮੈਂ ਸਿਆਸਤਦਾਨਾਂ ਦੀ ਜਿਵੇਂ ਗੱਲ ਕੀਤੀ ਹੈ ਨਾ, ਸਿਆਸਤਦਾਨਾਂ ਦੀ ਸਿਆਸੀ ਲੜਾਈ ਹਮੇਸ਼ਾ ਇੱਕ ਦੂਜੇ ਦੇ ਵਿਰੋਧੀ, ਜਿਵੇਂ ਮਜੀਠੀਆ ਹੋਣੀ ਰਗਜੀਤ ਬਿੱਟੂ ਜਾਂ ਗੁਰਜੀਤ ਔਜਲਾ ਦੇ ਖਿਲਾਫ ਬੋਲਦੇ ਰਹੇ ਨੇ, ਪਰ ਇਸ ਮੁੱਦੇ ਦੇ ਉੱਤੇ ਇਕੱਠੇ ਨੇ ਆ ਕੇ। ਦੇਖੋ, ਪਤਾ ਕੀ ਹੈ, ਮੈਨੂੰ ਮਤਲਬ ਕਿ ਬੜੀ ਪੁਰਾਣੀ ਗੱਲ ਹੈ, ਬਹੁਤ ਛੋਟੀ ਜੀ ਮਤਲਬ ਬਹੁਤ ਪੁਰਾਣੀ ਗੱਲ ਹੈ, ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਮਨਿੰਦਰਜੀਤ ਸਿੰਘ ਬਿੱਟਾ ਜੀ ਸਾਡੇ ਪ੍ਰੈਜ਼ੀਡੈਂਟ ਸੀ ਔਰ ਪੰਜਾਬ ਦੇ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਮਹਿਤਾ ਸੀ। ਅੱਛਾ। ਮੈਨੂੰ ਬਹੁਤ ਵਧੀਆ ਤਰੀਕੇ ਨਾਲ ਯਾਦ ਹੈ ਕਿ ਸਾਡੀ ਇੱਕ ਮੀਟਿੰਗ ਹੋਈ ਸੀ ਸਰਕਟ ਹਾਊਸ ਲੁਧਿਆਣਾ ਦੇ ਵਿੱਚ, ਉੱਥੇ ਕਾਫੀ ਮਾਰ ਕੁਟਾਈ ਹੋ ਗਈ ਔਰ ਉਹਦੇ ਵਿੱਚ ਪਿਸਟਲਾਂ ਦੇ ਬੱਟ ਵੀ ਮਾਰੇ ਗਏ। ਅੱਛਾ। ਪਰ ਜਦੋਂ ਅਸੀਂ ਉਸ ਮੀਟਿੰਗ ਦੇ ਵਿੱਚ ਬੈਠੇ ਸੀ, ਸਾਡੇ ਯੂਥ ਦੇ ਕੁਝ ਬੰਦਿਆਂ ਦੇ ਪੈਰ ਦਾ ਗਿੱਟਾ ਵੀ ਟੁੱਟਿਆ ਸੀ, ਲੇਕਿਨ ਸਾਨੂੰ ਇੱਕ ਗੱਲ ਕਹੀ ਗਈ ਸੀ ਵੀ ਆਪਾਂ ਜਿਨ੍ਹਾਂ ਨੇ ਗਿੱਟਾ ਤੋੜਿਆ ਆ, ਜਿਨ੍ਹਾਂ ਨੇ ਸਾਡੇ 'ਤੇ ਹਮਲਾ ਕੀਤਾ, ਜਿਨ੍ਹਾਂ ਨੇ ਸਾਡੇ 'ਤੇ ਬੱਟ ਮਾਰੇ ਆ, ਜਿਨ੍ਹਾਂ ਦੇ ਵੀ ਵਿਰੋਧੀ ਪਾਰਟੀ ਦੇ ਖਿਲਾਫ਼, ਆਪਾਂ FIR ਨਹੀਂ ਕਰਾਉਣੀ ਜੀ। ਉਹ ਕਿਉਂ? ਹਾਂ, ਦੇਖੋ ਕਿੱਡੀ ਵੱਡੀ ਗੱਲ ਆ, ਇਹ ਸਿਆਸਤ ਹੀ ਕੁਛ ਇੱਦਾਂ ਦੀ ਚੀਜ਼ ਹੈ ਕਿ
ਅਸੀਂ ਪੁੱਛਿਆ ਯਾਰ ਸਾਡੇ ਬੰਦੇ ਨੂੰ ਆ ਕੇ ਮਾਰ ਕੁੱਟ ਕਰ ਗਏ, ਸਾਡੇ ਬੰਦੇ ਦਾ ਗਿੱਟਾ ਟੁੱਟ ਗਿਆ, ਅਗਲਿਆਂ ਨੇ ਰਿਵਾਲਵਰਾਂ ਦੇ ਬੱਟ ਸਾਡੇ ਸਿਰਾਂ 'ਚ ਮਾਰੇ ਆ, ਅਸੀਂ ਕਿਉਂ ਨਹੀਂ ਕਰਨੀ ਹੈਗੀ ਰਿਵੋਕ, ਐਫ ਆਈ ਆਰ ਕਿਉਂ ਨਹੀਂ ਕਰਾਉਣੀ? ਨਾ 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 ਨਾ, ਐਫ ਆਈ ਆਰ ਨਹੀਂ ਕਰਾਉਣੀ। ਅਗਰ ਅਸੀਂ ਐਫ ਆਈ ਆਰ ਕਰਾਤੀ, ਉਹ ਤਾਂ ਬੰਦੇ ਰਾਤੋਂ ਰਾਤ ਹੀਰੋ ਬਣ ਜਾਣਗੇ। ਅੱਜ ਜਿਹੜਾ ਚਾਹੇ ਰਾਜਾ ਵੜਿੰਗਾ, ਚਾਹੇ ਮਜੀਠੀਆ, ਚਾਹੇ ਰਵਨੀਤ ਬਿੱਟੂ ਹੈ, ਚਾਹੇ ਕੋਈ ਹੋਰ ਲਕਸ਼ਮੀਕਾਂਤਾ ਚਾਵਲਾ ਹੈ, ਹੋਰ ਕਈ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਅੰਮ੍ਰਿਤਪਾਲ ਦੇ ਖਿਲਾਫ ਬਿਆਨਬਾਜ਼ੀ ਕੀਤੀ ਆ, ਦੇਖੋ ਇਹ ਲੋਕ ਉਸ ਬੰਦੇ ਨੂੰ ਹੀਰੋ ਬਣਾਉਣ ਦੇ ਵਿੱਚ, ਸੋਚਣ ਵਾਲੀ ਗੱਲ ਆ। ਦੇਖੋ ਨਾ, ਇੱਕ ਬੰਦਾ ਕੰਮ ਕਰ ਰਿਹਾ ਯਾਰ, ਉਹ ਗਲਤ ਕਰ ਰਿਹਾ, ਠੀਕ ਕਰ ਰਿਹਾ, ਉਹਨੂੰ ਸਮਾਜ ਕਬੂਲ ਕਰਦਾ ਜਾਂ ਨਹੀਂ ਕਰਦਾ, ਲੇਕਿਨ ਇੱਕ ਸਿਆਸਤਦਾਨ ਦਾ ਬਿਆਨ ਦੇ ਦੇਣਾ, ਪੋਲੀਟੀਸ਼ੀਅਨ ਦਾ, ਕਿਸੇ ਵੀ ਪਾਰਟੀ ਦਾ, ਉਹਦਾ ਬਿਆਨ ਦੇ ਦੇਣਾ, ਉਹ ਤਾਂ ਉਸ ਬੰਦੇ ਨੂੰ ਰਾਤੋਂ ਰਾਤ ਹੀਰੋ ਬਣਾ ਰਿਹਾ। ਜਦਕਿ ਇੱਦਾਂ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਲੀਡਰ ਹੁੰਦਾ ਆ ਜਾਂ ਕੋਈ ਵੀ ਹੁੰਦਾ, ਪੰਜਾਬ ਦੇ ਲੋਕ ਫਟਾਫਟ ਜਜ਼ਬਾਤੀ ਲੋਕ ਨੇ, ਆ ਕੇ ਦੋ ਚਾਰ ਤੱਤੀਆਂ ਗੱਲਾਂ ਕਰਨ ਲੱਗਦਾ ਆ ਤਾਂ ਜਨਤਾ ਇੱਕਦਮ ਉਹਨਾਂ ਦੇ ਉੱਤੇ ਅਟਰੈਕਟਿਵ ਹੋ ਜਾਂਦੀ। ਤੁਹਾਨੂੰ ਨਹੀਂ ਲੱਗਦਾ ਕਿ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ? ਨਹੀਂ ਹੈ ਬਿਲਕੁਲ। ਦੇਖੋ ਪਤਾ ਕੀ ਆ, ਮੈਂ ਦੱਸਦਾ ਤੁਹਾਨੂੰ, ਸਾਡੇ ਪੰਜਾਬ ਦੇ ਲੋਕ ਬੜੇ ਜਜ਼ਬਾਤੀ ਨੇ, ਬੜੇ ਕਲੀਅਰ ਹਾਰਟਡ ਪਰਸਨ ਨੇ, ਬੜੇ ਇਮੋਸ਼ਨਸ ਨੇ ਇਹਨਾਂ ਦੇ ਅੰਦਰ, ਠੀਕ ਹੈ ਨਾ। ਇਹ ਕਿਸੇ ਬੰਦੇ ਦੇ ਉੱਤੇ ਡੁੱਲਦੇ ਆ ਤਾਂ ਆਪਣਾ ਆਪ ਉਹਦੇ 'ਤੇ ਲੁਟਾ ਦਿੰਦੇ ਆ, ਜੇ ਕਿਸੇ ਨਾਲ ਵੈਰ ਪਾਉਂਦੇ ਆ ਤਾਂ ਇੱਟ ਕੁੱਤੇ ਦਾ ਵੈਰ ਵੀ ਆਪਾਂ ਉਹਨੂੰ ਛੋਟਾ ਕਹਿ ਸਕਦੇ ਹਾਂ, ਠੀਕ ਹੈ ਨਾ। ਹੁਣ ਤੱਤੀਆਂ ਗੱਲਾਂ, ਅੰਮ੍ਰਿਤਪਾਲ ਦੇ ਬਿਆਨ ਜਿੱਦਾਂ ਦੇ ਆ ਰਹੇ ਆ ਉਹ ਬਹੁਤ ਲੋਕਾਂ ਨੂੰ ਪਸੰਦ ਵੀ ਆ ਰਹੇ ਆ, ਪਰ ਜਿਹੜੇ ਸ਼ਾਂਤਮਈ ਮਾਹੌਲ ਜੀਣਾ ਪਸੰਦ ਕਰਦੇ ਆ, ਕਿਸੇ ਵੀ ਕੌਮ ਦਾ ਬੁੱਧੀਜੀਵੀ ਹੋਵੇ ਉਹਨੂੰ ਨਹੀਂ ਵੀ ਪਸੰਦ ਆ ਰਹੇ। ਦੇਖੋ ਸਾਰੀ ਸਿੱਖ ਕੌਮ ਅੰਮ੍ਰਿਤਪਾਲ ਦੇ ਨਾਲ ਨਹੀਂ ਹੈ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇੱਕ ਪਗੜੀਧਾਰੀ ਬੰਦੇ ਨੂੰ ਸਿੱਖ ਸਮਝਿਆ ਜਾਂਦਾ, ਜਦਕਿ ਜੋ ਅਧਿਆਤਮਿਕਤਾ ਕਹਿੰਦੀ ਹੈ, ਜੋ ਸਿੱਖ ਸਮੁਦਾਇ ਕਹਿੰਦਾ, ਸਿੱਖ ਪੰਥ ਕਹਿੰਦਾ, ਉਹ ਤਾਂ ਕਹਿੰਦਾ ਪਿਆ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ, ਏਕ ਨੂਰ ਤੇ ਸਭ ਜਗ ਉਪਜਿਓ, ਕੌਣ ਭਲੇ ਕੌ ਮੰਦੇ, ਠੀਕ ਹੈ ਨਾ। ਉਹਦੇ ਵਿੱਚ ਪਗੜੀਧਾਰੀ ਦਾ ਸਿੱਖ ਹੋਣਾ ਜਾਂ ਪਗੜੀ ਤੋਂ ਬਿਨਾਂ, ਪਗੜੀ ਰਹਿਤ ਹੋਣਾ ਜਾਂ ਪਗੜੀ ਤੋਂ ਬਿਨਾਂ ਹੋਣਾ ਮਾਇਨੇ ਨਹੀਂ ਰੱਖ। ਅੰਮ੍ਰਿਤਪਾਲ ਸਿੰਘ ਭੜਕਾਊ ਬਿਆਨ, ਜਿਵੇਂ ਕਿ ਕਹਿ ਸਕਦੇ ਹਾਂ ਕਿ ਹਿੰਦੀ ਵਾਲੀਆਂ ਜਿੱਥੇ ਹਿੰਦੀ ਨਾਲ ਲਿਖਿਆ ਆ ਉੱਥੋਂ ਸਮਾਨ ਨਾ ਲਵੋ, ਇਸ ਤਰ੍ਹਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ? ਇਹ ਜੋ ਮੇਰੀ ਸਮਝ ਕੰਮ ਕਰਦੀ ਹੈ, ਜ਼ਰੂਰੀ ਨਹੀਂ ਕਿ ਸਮਾਜ ਮੇਰੀ ਸੋਚ ਨਾਲ, ਮੇਰੀ ਸਮਝ ਨਾਲ ਐਗਰੀ ਹੋਵੇ। ਦੇਖੋ ਹਿੰਦੀ ਦਾ ਆਪਾਂ ਬਾਈਕਾਟ ਕਰਦੇ ਹਾਂ, ਹਿੰਦੀ ਨਾਲ ਲਿਖਿਆ ਹੋਇਆ ਕਿਸੇ ਬੋਰਡ ਦੇ ਉੱਤੇ ਲਿਖਿਆ, ਕੋਈ ਹਿੰਦੀ 'ਚ ਕੁਛ ਵੀ ਲਿਖਿਆ ਹੋਇਆ, ਠੀਕ ਹੈ ਨਾ, ਫਲਾਣਾ ਜਨਰਲ ਸਟੋਰ, ਕਰਿਆਨਾ ਸਟੋਰ ਜਾਂ ਬੁੱਕ ਸ਼ੋਪ, ਟੈਲੀਸ਼ੋਪ, ਕੁਛ ਵੀ ਆਪਾਂ ਹਿੰਦੀ 'ਚ ਲਿਖਿਆ ਦੇਖਦੇ ਹਾਂ, ਤਾਂ ਅੰਮ੍ਰਿਤਪਾਲ ਕਹਿ ਰਿਹਾ ਕਿ ਇਹਦਾ ਬਾਈਕਾਟ ਕਰੋ, ਉੱਥੋਂ ਸਮਾਨ ਨਾ ਲਓ। ਦੇਖੋ ਹੁਣ ਆਪਾਂ ਗੱਲ ਕਰ ਲਈਏ ਦਸਵੇਂ ਪਾਤਸ਼ਾਹ ਦੀ, ਆਪਣੇ ਗੁਰੂ ਗੋਬਿੰਦ ਸਿੰਘ ਜੀ ਸੀ ਜਿਹੜੇ, ਉਹ ਬਿਹਾਰ 'ਚ ਪੈਦਾ ਹੋਏ, ਪਟਨਾ ਸਾਹਿਬ ਉਹਨਾਂ ਦਾ ਜਨਮ ਸਥਾਨ ਹੈ, ਠੀਕ ਹੈ ਨਾ। 13 ਅਪ੍ਰੈਲ 1699 ਨੂੰ ਉਹਨਾਂ ਨੇ ਸਿੱਖ ਪੰਥ ਸਾਜਿਆ ਵਿਸਾਖੀ ਵਾਲੇ ਦਿਨ। ਤਾਂ ਇਸ ਤਰ੍ਹਾਂ ਦੇ ਬਿਆਨ ਸਮਾਜ ਲਈ ਤੁਹਾਨੂੰ ਲੱਗਦਾ ਕਿ ਸਹੀ ਹੈ? ਤਾਂ ਇਹ ਕਿਸ ਤਰ੍ਹਾਂ, ਕਿਸ ਪੱਖ ਨੂੰ ਚੱਲ ਰਹੇ ਨੇ ਅੰਮ੍ਰਿਤਪਾਲ ਸਿੰਘ ਜੋ ਪੰਜਾਬ ਦੇ, ਕਿਉਂਕਿ ਇਹਨਾਂ ਨਾਲ ਕਹਿਣ ਦਾ ਭਾਵ ਇਹ ਹੈ ਕਿ ਗੱਲ ਕਰਨ ਦਾ ਵੀ, ਕਿਉਂਕਿ ਕਾਫੀ ਯੂਥ ਇਹਨਾਂ ਨਾਲ ਜੁੜ ਚੁੱਕਿਆ ਇਸ ਸਮੇਂ। ਯੂਥ ਦਾ ਜੁੜਨਾ ਕੋਈ ਵੱਡੀ ਗੱਲ ਨਹੀਂ, ਯੂਥ ਦਾ ਜੁੜਨਾ ਮੁਨਾਸਿਬ ਹੈ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਲੋਕ ਕਿਸੇ ਦੇ ਮਗਰ, ਤੁਹਾਨੂੰ ਦੱਸਿਆ ਵੀ ਆਪਣੇ ਆਪ ਨੂੰ ਨਿਛਾਵਰ ਕਰ ਦਿੰਦੇ ਆ, ਇੱਕ ਸਾਡੀ ਸੱਭਿਅਤਾ, ਇੱਕ ਸਾਡੇ ਖੂਨ 'ਚ ਹੈ ਚੀਜ਼ ਕਿ ਮੈਂ ਆਪਣੇ ਆਪ ਡੋਲ ਦੇਣਾ ਆਪਣੇ ਆਪ ਨੂੰ, ਜੋ ਮਰਜ਼ੀ ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਉਹ ਬੰਦੇ ਨੂੰ ਹੀ ਦੇ ਦੇਣਾ, ਰੱਬ ਨੂੰ ਤਾਂ, ਰੱਬ ਵਾਲੇ ਪਾਸੇ ਤਾਂ ਤੁਰਨਾ ਹੀ ਨਹੀਂ ਇਸ ਪਾਸੇ 'ਤੇ। ਜਗ੍ਹਾ ਦੇ ਉੱਤੇ ਚੱਲ ਜਾਈਏ, ਕਿਸੇ ਵੀ ਸਟੇਟ ਦੇ ਵਿੱਚ ਚੱਲ ਜਾਈਏ, ਕਿਸੇ ਵੀ ਥਾਂ ਦੇ ਉੱਤੇ ਚੱਲ ਜਾਈਏ, ਤਾਂ ਸਾਰੇ ਲੋਕ ਉੱਤੇ ਇਹ ਨਹੀਂ ਸੋਚ ਸਕਦੇ ਕਿ ਸਾਰੇ ਸੋਚ ਤੁਹਾਡੇ ਵਰਗੀ ਰੱਖਦੇ ਹੋ। ਤਾਂ ਇਹਦੇ ਵਿੱਚ ਕੋਈ ਹਰੇਕ ਤਰ੍ਹਾਂ ਦੀ ਕਮਿਊਨਿਟੀ ਦੇ ਲੋਕ ਹੁੰਦੇ ਨੇ,
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਉੱਤੇ ਨਾ ਕਹਿ ਸਕਦੇ ਹਾਂ ਕਿ ਪਿਛਲੇ ਵਰ੍ਹਿਆਂ ਤੋਂ ਕਿਸੇ ਨਾ ਕਿਸੇ ਸਮੁਦਾਇ ਦੀ ਕਿਸੇ ਨਾ ਕਿਸੇ ਕਮਿਊਨਿਟੀ ਦੀ ਅੱਖ ਰਹੀ ਹੈ ਇਸ ਬਾਰੇ ਕਿਵੇਂ ਦੇਖ ਦੇਖੋ ਸਾਡਾ ਪੰਜਾਬ ਲੜਾਈਆਂ ਦੇ ਵਿੱਚ ਬਾਰਡਰ ਏਰੀਆ ਹੋਣ ਕਰਕੇ ਅਸੀਂ ਪਾਕਿਸਤਾਨ ਨਾਲ 1947 'ਚ ਸਭ ਤੋਂ ਵੱਧ ਸ਼ਹੀਦ ਸਾਡੇ ਠੀਕ ਹੈ 1965 ਹੋਈ 1971 ਹੋਈ ਸਾਰੇ ਸ਼ਹੀਦ ਸਾਡੇ ਪੰਜਾਬ ਦੇ ਠੀਕ ਹੈ ਨਾ ਕੁਰਬਾਨੀਆਂ ਦੇਣ ਵਾਸਤੇ ਰਹਿ ਹੀ ਇੱਕ ਪੰਜਾਬ ਗਿਆ ਸਾਡੇ ਉੱਤੇ ਹਰੇਕ ਬੰਦੇ ਦੀ ਅੱਖ ਰਹੀ ਚਾਹੇ ਮੁਗਲਾਂ ਦੀ ਦੇਖ ਲਓ ਤਾਂ ਪੰਜਾਬ ਦੇ ਵਿੱਚ ਸ਼ਾਂਤੀ ਪ੍ਰਿਯ ਲੋਕ ਜਿਹੜੇ ਨੇ ਇਸ ਸਮੇਂ ਸਹੀ ਨਹੀਂ ਮਹਿਸੂਸ ਕਰ ਰਹੇ ਆ ਸੇਫ ਨਹੀਂ ਮਹਿਸੂਸ ਕਰ ਰਹੇ ਦੇਖੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਉੱਥੇ ਜਿਹੜਾ ਅਮਨ ਪਸੰਦ ਇਨਸਾਨ ਹੈ ਉਹ ਕਿਸੇ ਵੀ ਕੌਮ ਦਾ ਹੈ ਮੈਂ ਨਹੀਂ ਕਹਿੰਦਾ ਉਹ ਹਿੰਦੂ ਹੈ ਮੈਂ ਨਹੀਂ ਕਹਿੰਦਾ ਉਹ ਸਿੱਖ ਹੈ ਮੈਂ ਨਹੀਂ ਕਹਿੰਦਾ ਉਹ ਮੁਸਲਿਮ ਹੈ ਜਾਂ ਈਸਾਈ ਹੈ ਹਰ ਕੌਮ ਦੇ ਵਿੱਚ ਸਾਰੇ ਅੱਛੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਜਿਹੜੇ ਜਿਹੜੇ ਅੱਛੇ ਲੋਕ ਨੇ ਉਹ ਲੋਕ ਇਸ ਵੇਲੇ ਮੈਂਟਲੀ ਤੌਰ 'ਤੇ ਡਿਸਟਰਬ ਨੇ ਤਾਂ ਸਰਕਾਰ ਉਹਨਾਂ ਲੋਕਾਂ ਨੂੰ ਸੇਫ ਕਰਨ ਲਈ ਜਾਂ ਉਹਨਾਂ ਨੂੰ ਵੀ ਕਿਉਂਕਿ ਹਰੇਕ ਇਨਸਾਨ ਚਾਹੁੰਦਾ ਆ ਕਿ ਉਸਨੂੰ ਸੇਫ ਅਤੇ ਸੁਹਿਰਦ ਵਾਤਾਵਰਨ ਦਿੱਤਾ ਜਾਵੇ ਤਾਂ ਉਹ ਸਰਕਾਰ ਉਹਨਾਂ ਸੇਫ ਲੋਕਾਂ ਨੂੰ ਜਾਂ ਸੁਹਿਰਦ ਵਾਤਾਵਰਨ ਦੇਣ ਲਈ ਕੀ ਕਰ ਰਹੀ ਹੈ ਜਿਹੜੇ ਅਮਨ ਸ਼ਾਂਤ ਪਸੰਦ ਦੇ ਲੋਕ ਦੇਖੋ ਫਿਲਹਾਲ ਅੱਜ ਦੀ ਘੜੀ 'ਚ ਤਾਂ ਕੋਈ ਐਸਾ ਉਪਰਾਲਾ ਨਜ਼ਰ ਨਹੀਂ ਆ ਰਿਹਾ ਚਾਹੇ ਬਿਆਨਾਂ ਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦਾ ਅਮਨ ਕਾਨੂੰਨ ਬਰਕਰਾਰ ਹੈ ਕਿਉਂਕਿ ਮੈਂ ਕੱਲ੍ਹ ਪਤਾ ਨਹੀਂ ਅੱਜ ਹੀ ਕੱਲ੍ਹ 'ਚ ਬਿਆਨ ਦਿੱਤਾ ਭਗਵੰਤ ਮਾਨ ਜੀ ਨੇ ਸਾਡੇ ਸੀਐਮ ਪੰਜਾਬ ਨੇ ਕਹਿੰਦੇ ਵੀ ਯੂਪੀ ਔਰ ਬਿਹਾਰ ਦੇ ਬਰਾਬਰ ਸਾਡਾ ਕ੍ਰਾਈਮ ਨਹੀਂ ਹੈਗਾ ਕਿੱਡਾ ਵੱਡਾ ਔਰ ਕਿੱਡਾ ਯਾਰ ਬੇਸਲੈਸ ਬਿਆਨ ਹੈ ਉਹ ਯਾਰ ਸਾਡੇ ਪੰਜਾਬ 'ਚ ਇੰਨਾ ਇੰਨਾ ਕ੍ਰਾਈਮ ਵੀ ਕਿਉਂ ਹੈ ਇੰਨਾ ਅਮਨ ਡਿਸਟਰਬ ਹੋ ਗਿਆ ਉਹ ਕਿਉਂ ਹੋ ਗਿਆ ਕਿ ਅਸੀਂ ਜਦੋਂ ਯੂਪੀ ਦੇ ਬਰਾਬਰ ਆਊਗਾ ਜਾਂ ਬਿਹਾਰ ਦੇ ਬਰਾਬਰ ਸਾਡਾ ਆਊਗਾ ਲੈਵਲ ਅਸੀਂ ਉਦੋਂ ਕੰਟਰੋਲ ਕਰਾਂਗੇ ਇਸ ਤਰ੍ਹਾਂ ਦੇ ਸੀਐਮ ਨੂੰ ਬਿਆਨ ਦੇਣੇ ਵੀ ਕਿਤੇ ਨਾ ਕਿਤੇ ਉਹ ਜਿਹੜੇ ਸ਼ਾਂਤੀ ਪਸੰਦ ਲੋਕ ਸੀਗੇ ਉਹਨਾਂ ਦੀ ਦੁੱਖ ਲੱਗਿਆ ਬਿਆਨ ਸੁਣ ਕੇ ਇੱਕ ਜ਼ਿੰਮੇਵਾਰ ਬੰਦੇ ਦਾ ਜਿਹਦੇ ਹੱਥ 'ਚ ਪੰਜਾਬ ਸੌਂਪਤਾ ਯਾਰ ਹਰ ਬੰਦੇ ਨੇ ਦਿਲੋਂ ਵੋਟ ਪਾਈ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਔਰ ਅੱਜ ਉਹ ਮੁੱਖ ਮੰਤਰੀ ਬਿਆਨ ਦੇ ਰਿਹਾ ਕਿ ਬਿਹਾਰ ਵਿੱਚ ਕ੍ਰਾਈਮ ਜ਼ਿਆਦਾ ਆ ਯੂਪੀ 'ਚ ਜ਼ਿਆਦਾ ਆ ਪੰਜਾਬ 'ਚ ਤਾਂ ਬਹੁਤ ਘੱਟ ਹੈ ਅੰਮ੍ਰਿਤਪਾਲ ਦੇਖੋ ਅੱਜ ਉਹ ਮਾਰਕੀਟ 'ਚ ਆਇਆ ਉਹਨੇ ਆਪਣੇ ਮਗਰ ਯੂਥ ਨੂੰ ਲਗਾਇਆ ਉਹਨੇ ਅੰਮ੍ਰਿਤ ਸੰਚਾਰ ਕਰਾ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਲੇਕਿਨ ਕਿਤੇ ਨਾ ਕਿਤੇ ਆ ਕੇ ਗਰਮ ਖਿਆਲੀ ਬਿਆਨ ਦੇਣੇ ਗਰਮ ਖਿਆਲ ਉਜਾਗਰ ਕਰਨੇ ਇਹ ਉਹਦੀ ਇੱਕ ਪਹਿਚਾਣ ਬਣਦੀ ਪਈ ਹੈ ਠੀਕ ਹੈ ਔਰ ਮੈਨੂੰ ਇੱਕ ਗੀਤ ਯਾਦ ਆ ਰਿਹਾ ਸੀ ਮੈਂ ਤੁਹਾਨੂੰ ਉਹਦੀਆਂ ਕੁਛ ਲਾਈਨਾਂ ਦੋ ਤਿੰਨ ਲਾਈਨਾਂ ਨੇ ਉਹ ਸੁਣਾਉਂਦਾ ਕਿ ਕਹਿੰਦਾ ਬੋਲਣ ਤੋਂ ਪਹਿਲਾਂ ਬੋਲਾਂ ਨੂੰ ਜੇ ਤੋਲ ਲਵਾਂ ਤਾਂ ਬੋਲਾਂ ਬੋਲਣ ਤੋਂ ਪਹਿਲਾਂ ਬੋਲਾਂ ਨੂੰ ਜੇ ਤੋਲ ਲਵਾਂ ਤਾਂ ਬੋਲਾਂ ਕਈਆਂ ਦੇ ਬੋਲ ਬਣੇ ਗੀਤਾ ਕਈਆਂ ਦੇ ਬੋਲ ਬਣੇ ਗੀਤਾ ਕਈਆਂ ਦੇ ਬੋਲ ਕੁਰਾਨ ਬਣੇ ਕਈਆਂ ਦੇ ਬੋਲਾਂ ਅੱਗ ਲਾਈ ਇਤਿਹਾਸ ਪੁਰਾਣੇ ਜੇ ਫੁੱਲ ਅਸੀਂ ਐਸੇ ਲਫ਼ਜ਼ ਮੂੰਹ 'ਚੋਂ ਕੱਢੀਏ ਐਸਾ ਉਚਾਰਨ ਕਰੀਏ ਕਿ ਸਾਡੇ ਬੋਲ ਇਤਿਹਾਸ ਬਣਨ ਮੇਰੀ ਇਹ ਰਿਕੁਐਸਟ ਹੈ ਸਾਰੇ ਪੰਜਾਬ ਦੇ ਲੋਕਾਂ ਅੱਗੇ ਕਿ ਇਹਦੇ 'ਤੇ ਗੌਰ ਕੀਤਾ ਜਾਵੇ ਅਸੀਂ ਆਪਣੇ ਮੂੰਹ 'ਚੋਂ ਕੱਢਿਆ ਹੋਇਆ ਲਫ਼ਜ਼ ਇਤਿਹਾਸ ਬਣੇ ਔਰ ਪੋਜ਼ਿਟਿਵ ਸੈਂਸ 'ਚ ਇਤਿਹਾਸ ਬਣੇ ਅੱਗ ਲਾਉਣ ਵਾਲਿਆਂ ਦਾ ਵੀ ਇਤਿਹਾਸ ਬਣਿਆ ਲੇਕਿਨ ਉਹ ਨੈਗੇਟਿਵ ਸੈਂਸ 'ਚ ਬਣਿਆ ਅਸੀਂ ਆਪਣੇ ਮੂੰਹ 'ਚੋਂ ਕੱਢੀਏ ਲਫ਼ਜ਼ ਉਹ ਪੋਜ਼ਿਟਿਵ ਸੈਂਸ 'ਚ ਇਤਿਹਾਸ ਬਣੇ ਸੋ ਇਸੇ ਤਰ੍ਹਾਂ ਤੁਹਾਨੂੰ ਦੋਸਤੋ ਅਪਡੇਟ ਦਿੰਦੇ ਰਹਾਂਗੇ ਪੰਜਾਬ ਦੇ ਚੜ੍ਹੰਤ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ ਹੁਣ ਲਈ ਦਿਓ ਇਜਾਜ਼ਤ